है गुरु जी, वाहे गुरु वाहे तिन बेदियन की कुल बिखे प्रगटे नानक राय सब सिखन को सुख दिए जह तह पे सहाय नानक दिया गुजिया रमजानू नानक दिया गुजिया रमजानू बेसमझ जमाना की जाने जीने सब जग अपना वेख लिया अपना ते बेगाना की जाने नानक दिया गुजिया रमजानू। प्यारी साध संगत सारिया संगतां नू धन गुरु नानक साहिब सच्चे पिता दे प्रकाश पुरब दिया लखां लखां वधाइयां होण मुबारक होवे। लिया अवतार नानक ने मुबारक हो मुबारक, सब नू बधाइयां ते दूजियां बहुत वड्डियां बधाइयां कि अज गुरु नानक साहिब सच्चे पिता ने अपने प्रकाश दिहाड़े ते बहुत वड्डा तोहफा दिता है। ये मालिक दी प्रेरणा हुंदी है, जेड़ा बंदा साल तो महां दे आटे वांगू आकड़िया होया सी, हंकारिया होया सी, ढीठ हो गया सी, 700 तो वध मौतां किसानां दियां दिल्ली होईयां, उन्हों कोई परवाह ही नहीं सी, जे अज गुरु नानक साहब ने फिर बाबर ते जित प्राप्त की। जे उदों आख्या सी ना बाबर नहीं तू जाबर है, उदों बाबर हारिया, गुरु साहब मुरे गोडे टेक गया, मत्था टेक गया, ते अज भी गुरु नानक साहब ने मोदी वर्गे बाबर नू चुका दिता। आखो सतनाम श्री वाहिगुरु। एक कला गुरु साहब की वरती है, एक कला सतगुरु नानक साहब की वरती है। नहीं है सी कोई इन्हां नूं परवाह बंदे दी। अज गुरु नानक साहब ने ते एक होर बेनती सुनियो, ये दास दा मत है, ये मैं किसे दी विचार नहीं कह रहा। भी जदों गुरु साहिब दियां बेअदबियां हुंदियां सी ते सिखो आपां धरने मोर्चे नहीं लाए, ने नहीं बह सके गुरु दी खातर, पर मेरा गुरु किड्डा निर्वैर है, जिन निंदक दोखी बेमुख तारे। अज गुरु नानक साहिब ने फिर आपदे
ਪਿਆਰਿਆਂ ਦੀ ਰੱਖ ਵਿਖਾਈ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਅਸੀਂ ਤਾਂ ਕਿਰਤ ਘਣ ਸੀ, ਗੁਰੂ ਨਾਨਕ ਸਾਹਿਬ ਦੇ ਗੁਰੂ ਗ੍ਰੰਥ ਸਾਹਿਬ ਜੀ ਦੀ ਖਾਤਰ ਨਹੀਂ ਬਹਿ ਸਕੇ, ਤੇ ਜਦੋਂ ਨਿੰਗਾ ਸਿੰਘਾਂ ਨੇ ਫੈਸਲਾ ਕਰਤਾ ਸੋਧੇ ਲੱਗ ਗਏ ਤੇ ਦੁਨੀਆਂ ਦੇ ਵਿੱਚ ਤਸਵੀਰ ਚਲੀ ਗਈ ਕਿ ਬੇਅਦਬੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ, ਬਹੁਤ ਹੋ ਗਈਆਂ, ਹੁਣ ਖੈਰ ਨਹੀਂ। ਜਵੇ ਬਾਣ ਲਾਗਿਓ ਤਵੇ ਰੋਸ ਜਾਗਿਓ, ਭਈ ਜੀਤ ਮੇਰੀ ਕਿਰਪਾ ਅਕਾਲ ਤੇਰੀ। ਅੱਜ ਮਹਾਰਾਜ ਨੇ ਇਹ ਜਿੱਤ ਖਾਲਸਾ ਜੀ ਭਾਰਤ ਵਾਸੀਓ ਤੁਹਾਡੀ ਝੋਲੀ ਚ ਪਾਈ ਹੈ, ਕਿਸਾਨੋ ਕਿਰਤੀਓ ਤੁਹਾਡੀ ਫਤਿਹ ਹੋਈ ਹੈ। ਮਹਾਰਾਜ ਨੇ ਆ ਫਿਰਕੀ ਘੁਮਾਈ ਮੋਦੀ ਦੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਉਂਕਿ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ, ਆ ਵੀ ਬੜੀ ਖੁਸ਼ੀ। ਇੰਨਾ ਚਾਅ ਅੱਜ ਮਹਾਂਪੁਰਖ ਕਹਿ ਰਹੇ ਸੀ, ਕਹਿੰਦੇ ਅੱਜ ਜਿੰਨਾ ਇਕੱਠ ਤੇ ਕੱਲ੍ਹ ਜਿੰਨਾ ਇਕੱਠ, ਨਾਨਕ ਸਰ ਦੀ ਧਰਤੀ ਕਲੇਰਾਂ ਦੀ ਧਰਤੀ, ਕਹਿੰਦੇ ਜਿੰਨਾ ਸੰਗਤ ਦਾ ਇਕੱਠ ਇਸ ਵਾਰੀ ਹੋਇਆ, ਕਹਿੰਦੇ ਮੈਂ ਆਪਣੀ ਸਾਰੀ ਉਮਰ 'ਚ ਨਹੀਂ ਵੇਖਿਆ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਸੰਗਤਾਂ ਨੂੰ ਚਾਅ ਹੈ, ਸੰਗਤਾਂ ਨੇ ਸ਼ੁਕਰ ਕੀਤਾ ਕਿ ਸੱਚੇ ਪਾਤਸ਼ਾਹ ਸਾਡਿਆਂ, ਠੀਕ ਹੈ ਅਸੀਂ ਮਿਹਨਤਾਂ ਕੀਤੀਆਂ ਦਿੱਲੀ ਬੈਠੇ, ਪਰ ਦਿੱਲੀ ਲਿਜਾਣ ਵਾਲੇ ਵੀ ਆਪ ਹੀ ਹੈ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਆਪ ਹੀ ਹਿੰਮਤ ਦੇ ਕੇ ਲੈ ਗਏ ਕਿਸਾਨਾਂ ਨੂੰ ਦਿੱਲੀ, ਆਪ ਹੀ ਬਿਠਾ ਤਿਆ ਦਿੱਲੀ ਦੀਆਂ ਬਰੂਹਾਂ ਤੇ। ਮੋਦੀ ਦੀਆਂ ਅੱਖਾਂ 'ਚ ਅੱਖਾਂ ਪਾ ਕੇ ਕਹਿ ਰਹੇ ਸੀ ਸਿੱਖ ਗੁਰੂ ਨਾਨਕ ਦੇ, ਇਹ ਤੂੰ ਗਲਤ ਕਰ ਰਿਹਾ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ। ਆਓ ਪਹਿਲਾਂ ਕਵਿਤਾ ਫਿਰ ਇੱਕ ਧਾਰਨਾ ਪੜਾਂਗੇ ਸਾਰੀ ਸੰਗਤ, ਮੈਨੂੰ ਹੁਕਮ ਹੋਇਆ। ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ। ਬੇਸਮਝ ਜਮਾਨਾ ਕੀ ਜਾਣੇ, ਬੇਸਮਝ ਜਮਾਨਾ ਕੀ ਜਾਣੇ, ਜਿਹਨੇ ਸਭ ਜੱਗ ਆਪਣਾ ਸਮਝ ਲਿਆ, ਆਪਣਾ ਤੇ ਬੇਗਾਨਾ ਕੀ ਜਾਣੇ। ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ। ਇੱਕ ਇਸ਼ਕ ਲਗਾ ਨਨਕਾਣੇ ਦਾ, ਇਸ਼ਕ ਲਗਾ ਨਨਕਾਣੇ ਦਾ, ਜਾਂ ਤੜਪ ਤੜਪ ਮਰ ਜਾਣੇ ਦਾ, ਤੜਪ ਤੜਪ ਮਰ ਜਾਣੇ ਦਾ। ਇੱਕ ਇਸ਼ਕ ਲਗਾ ਨਨਕਾਣੇ ਦਾ, ਜਾਂ ਤੜਪ ਤੜਪ ਮਰ ਜਾਣੇ ਦਾ। ਜਿਸ ਅੱਗ ਵਿੱਚ ਲਛਮਣ ਸਿੰਘ ਸੜਿਆ, ਅੱਗ ਵਿੱਚ ਲਛਮਣ ਸਿੰਘ ਸੜਿਆ, ਉਹ ਅੱਗ ਪਰਵਾਨਾ ਕੀ ਜਾਣੇ। ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ, ਨਾਨਕ ਦੀਆਂ ਗੁਜੀਆਂ ਰਮਜਾਨ। ਕਿਉਂ ਰੱਤ ਹਲਵੇ ਵਿੱਚੋਂ ਵਗਦੀ ਸੀ, ਕਿਉਂ ਰੱਤ ਹਲਵੇ ਵਿੱਚ
ਚੋਂ ਵਗਦੀ ਸੀ ਕਿਉਂ ਮੱਕੀ ਸਵਾਦੀ ਲੱਗਦੀ ਸੀ ਕਿਉਂ ਮੱਕੀ ਸਵਾਦੀ ਲੱਗਦੀ ਸੀ ਓ ਕਿਉਂ ਰਤ ਹਲਵੇ ਚੋਂ ਵਗਦੀ ਸੀ ਕਿਉਂ ਮੱਕੀ ਸਵਾਦੀ ਲੱਗਦੀ ਸੀ ਜਿਹੜੇ ਸਿਦਕ ਚ ਲਾਲੋ ਤਰਦਾ ਸਿਦਕ ਚ ਲਾਲੋ ਤਰਦਾ ਦੌਲਤ ਦਾ ਦੀਵਾਨਾ ਕੀ ਜਾਣੇ ਨਾਨਕ ਦੀਆਂ ਗੁਜੀਆਂ ਰਮ ਨਾਨਕ ਦੀਆਂ ਗੁਜੀਆਂ ਰਮ ਨਾਨਕ ਦੀਆਂ ਗੁਜੀਆਂ ਰਮ ਨਾਨਕ ਦੀਆਂ ਗੁਜੀਆਂ ਰਮਜਾਨੋ ਜੀ ਰਹਿਮਤ ਦਾ ਇਸ਼ਾਰਾ ਹੋਇਆ ਸੀ ਰਹਿਮਤ ਦਾ ਇਸ਼ਾਰਾ ਹੋਇਆ ਸੀ ਕੌੜਾ ਅੱਕ ਵੀ ਸ਼ਹਿਦ ਬਣ ਚੋਇਆ ਸੀ ਕੌੜਾ ਅੱਕ ਵੀ ਸ਼ਹਿਦ ਬਣ ਚੋਇਆ ਸੀ ਰਹਿਮਤ ਦਾ ਇਸ਼ਾਰਾ ਹੋਇਆ ਸੀ ਕੌੜਾ ਅੱਕ ਵੀ ਸ਼ਹਿਦ ਬਣ ਚੋਇਆ ਸੀ ਉਹਦੀ ਨਦਰ ਨਿਸ਼ਾਨੇ ਕਰ ਗਈ ਜੋ ਉਹਦੀ ਨਦਰ ਨਿਸ਼ਾਨੇ ਕਰ ਗਈ ਜੋ ਕੋਈ ਤੀਰ ਨਿਸ਼ਾਨਾ ਕੀ ਜਾਣੇ ਨਾਨਕ ਦੀਆਂ ਗੁਜੀਆਂ ਰਮ ਨਾਨਕ ਦੀਆਂ ਗੁਜੀਆਂ ਰਮ ਨਾਨਕ ਦੀਆਂ ਗੁਜੀਆਂ ਰਮਜਾਨ ਨਾਨਕ ਦੀਆਂ ਗੁਜੀਆਂ ਰਮਜਾਨ ਬੇਸਮਝ ਜਮਾਨਾ ਕੀ ਜਾਣੇ ਬੇਸਮਝ ਜਮਾਨਾ ਕੀ ਜਾਣੇ ਜਿਹਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਨਾਨਕ ਦੀਆਂ ਗੁਜੀਆਂ ਰਮਜਾਨ ਨਾਨਕ ਦੀਆਂ ਗੁਜੀਆਂ ਰਮਜਾਨੋ ਜੀ ਨਾਨਕ ਦੀਆਂ ਗੁਜੀਆਂ ਰਮਜਾਨੋ ਨਾਨਕ ਦੀਆਂ ਗੁਜੀਆਂ ਰਮਜਾਨੋ ਨਾਨਕ ਦੀਆਂ ਗੁਜੀਆਂ ਰਮਜਾਨੋ ਨਾਨਕ ਦੀਆਂ ਗੁਜੀਆਂ ਰਮਜਾਨੋ ਜੀ ਨਾਨਕ ਦੀਆਂ ਗੁਜੀਆਂ ਰਮਜਾਨੋ ਨਾਨਕ ਦੀਆਂ ਗੁਜੀਆਂ ਨਾਨਕ ਨਾਨਕ ਦੀਆਂ ਗੁਜੀਆਂ ਰਮਜਾਨ ਨਾਨਕ ਦੀਆਂ ਗੁਜੀਆਂ ਰਮਜਾਨ ਨਾਨਕ ਦੀਆਂ ਗੁਜੀਆਂ ਗੁਜੀਆਂ ਨਾਨਕ ਦੀਆਂ ਗੁਜੀਆਂ ਰਮਜਾਨੋ ਸਮਝ ਜਮਾਨਾ ਕੀ ਜਾਣੇ ਜਿਹਨੇ ਸਭ ਜਗ ਆਪਣਾ ਸਮਝ ਲਿਆ ਆਪਣਾ ਤੇ ਬੇਗਾਨਾ ਕੀ ਜਾਣੇ ਨਾਨਕ ਦੀਆਂ ਗੁਜੀਆਂ ਰਮ ਬੋਲਿਓ ਬਾਈ ਨਾਨਕ ਦੀਆਂ ਗੁਜੀਆਂ ਨਾਨਕ ਦੀਆਂ ਨਾਨਕ ਦੀਆਂ ਗੁਜੀਆਂ ਜੇ ਬਗਦਾਦ ਗਏ ਉੱਥੋਂ ਦੇ ਪੀਰਾਂ ਨੇ ਫਕੀਰਾਂ ਨੇ ਆ ਪਹਿਲਾਂ ਸ਼ਬਦ ਪੜ੍ਹ ਰਹੇ ਸੀ ਨਾ ਜਦੋਂ ਬਾਬਾ ਜੀ ਮੁਲਤਾਨ ਗਏ ਉਹ ਕਹਿੰਦੇ ਬਾਬਾ ਜੀ ਇੱਥੇ ਤਾਂ ਪਹਿਲਾਂ ਹੀ ਬੜੇ ਪ੍ਰਚਾਰਕ ਹੈ ਸਾਡੇ ਪੀਰ ਫਕੀਰ ਹੈ ਤੁਸੀਂ ਕਿਵੇਂ ਐਡਜਸਟ ਕਿਵੇਂ ਰਹੋਗੇ ਸਾਡੇ ਵਿੱਚ ਕਹਿੰਦੇ ਜਿਵੇਂ ਮਿੱਠਾ ਘੁਲ ਜਾਂਦਾ ਨਾ ਦੁੱਧ ਵਿੱਚ ਅਸੀਂ ਤਾਂ ਇਉਂ ਘੁਲ ਜਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਵੇਂ ਸਾਗਰ ਦੇ ਵਿੱਚ ਗੰਗਾ ਸਮਾ ਜਾਂਦੀ ਹੈ ਨਾ ਇੱਕ ਹੋ ਜਾਂਦੀ ਹੈ ਕਹਿੰਦੇ ਅਸੀਂ ਦੁੱਖ ਨਹੀਂ ਦਿੰਦੇ ਅਸੀਂ ਤਾਂ ਸੁੱਖ ਦੇਣਾ ਚੜਿਆ ਸੋਧਣ
धरत लुकाई धरती नू सोधन वास्ते महाराज तुरे बगदाद गए ना जदों ते उत्थों दे पीर फकीर इत्थों तक दसदा इतिहास कहिंदे महाराज नू रोड़े भी मारे पत्थर भी मारे हत्थां च हत्थ कड़ियां पैरां च बेड़ियां लाईयां कटहरे च खड़ाया कटहरे च खड़ा लिया गुरु साहब नू ते कहिंदे पीर दस्तगीर उच्चे आसन ते सिंघासन ते बैठा सैकड़े सवाल किते पर पहले तीन सवाल सी ना जेड़े वो मैं टूक मात्र कहिंदा जावां गुरपुरब है अज महाराज पहला सवाल किया सी बाबा जी ए दसो भी रब तो पहला की है रब तो पहला की है। ते गुरु नानक साहब कहिंदे असी कह के भी दसांगे ते बखावांगे ओ किवें धन गुरु नानक साहब कहिंदे पीर साहब मोती मंगाए जान मोती मंगाए महाराज कहिंदे गिणियो एक एक मोती चक के जदों गिणती करन लगे कहिंदे एक दो तीन चार सतगुरु कहिंदे जी तुसी गिनती भुलदे हो दोबारा करो ओ कहिंदे लो जी बाबा जी एक इहदे च की भुल गए जां तां होवे ना दस भी गिणते हुण फिर तां भुल गए होई आ देखो एक आ दो आ तीन महाराज कहिंदे दोबारा गिणो भुल गए उन्होंने फिर गिनती मारी कहिंदे आ वेखो बाबा जी एक गुरु साहब कहिंदे फिर भुलदे हो दोबारा करो कहिंदे जी एक महाराज कहिंदे भुलदे हो कहिंदे बाबा जी एक तो पहला अखर कोई नहीं गिनती कोई नहीं शुरुआत एक तो हुंदी है धन गुरु नानक साहब कहिंदे तुहाडे पहले सवाल का जवाब है जिवें शुरुआत एक तो हुंदी है शुरुआत अल्फ तो हुंदी है जिवें एक तो पहला कोई अखर नहीं कहिंदे उवें रब तो पहला भी कुछ नहीं आखो सतनाम श्री वाहिगुरु निशा कराती दूजा सवाल बड़ा कीमती कहिंदे बाबा जी जे रब है तो रहिंदा कित्थे केड़ी दिशा च रहिंदा मुसलमान कहिंदे सी कल्ले मक्के दे विच ही खुदा रहिंदा ते गुरबाणी चोट करदी है गुरबाणी कहिंदी अल्लाह एक मसीत बसत है अवर मुल्क किसकेरा कहिंदे जे रब एक कमरे च ही रहिंदा ते आ जग च कौन रहिंदा है आखो सतनाम श्री वाहे गुरु गुरु नानक साहब कहिंदे दुध मंगाओ एक एक प्याला दुध दा पेश कीता महाराज कटहरे च खड़े ते काजी नू कहिंदे की लियांदा है च देखो कहिंदे जी इहदे विच दुध पीर साहब तुसी दसो इहदे विच होर की है पीर कहिंदा इहदे विच घिओ लुकिया घिओ गुरु नानक साहब कहिंदे जिवें दुध विच घिओ लुकिया है ते हुण इह दसो भी उह दुध दे उपर है घिओ के नीचे है के सज्जे है के खब्बे है के अगे है के पिछे है दुध दे प्याले विच कित्थे है घिओ कहिंदे कण कण विच इक इक बूंद विच घिओ है दुध दी इक इक बूंद विच घिओ है गुरु नानक साहब कहिंदे उवें ही कण कण दे विच समाया होया परमात्मा खो सतना श्री वाहिगुरु सारिआं च वसदा है तीजा सवाल कहिंदे बाबा जी जे रब हैगा मन गए ते करदा की है आखो वाहिगुरु वाहिगुरु आखो जी वाहिगुरु रब करदा की है गुरु नानक साहब कहिंदे पीर साहब तुसी सवालिए हो असी जवाब देना तुसी खाली हो फरियाद ले रहे हो कुछ पुछ रहे हो ना खाली हो तुसी सवाल लेना उत्तर लेना ते धन गुरु नानक साहब कहिंदे तुसी सवाल कीता है उत्तर के इत्थे आओ कटहरे च ते मैं जवाब देवांगा उत्थे बह के गुरु नानक साहब उपर चले गए उत्थे बह गए ते पीर नू कटहरे च खड़ा लिया
ਤੇ ਗੁਰੂ ਨਾਨਕ ਸਾਹਿਬ ਕਹਿੰਦੇ ਉੱਥੇ ਬਹਿ ਗਏ ਚੁੱਪ ਕਰਕੇ। ਪੀਰ ਪੁੱਛਦਾ ਵੀ ਦੱਸੋ ਬਾਬਾ ਜੀ ਰੱਬ ਹੈਗਾ ਤੇ ਕਰਦਾ ਕੀ ਹੈ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਰੱਬ ਅਜੇ ਤੁਹਾਨੂੰ ਪਤਾ ਨਹੀਂ ਲੱਗਿਆ ਕੀ ਕਰਦਾ। ਕਹਿੰਦੇ ਜੀ ਦੱਸੋ ਕੀ ਕਰਦਾ, ਗੁਰੂ ਨਾਨਕ ਸਾਹਿਬ ਕਹਿੰਦੇ ਜੀ ਤੁਹਾਨੂੰ ਪਤਾ ਨਹੀਂ ਲੱਗਿਆ ਰੱਬ ਕੀ ਕਰਦਾ। ਕਹਿੰਦੇ ਜੀ ਦੱਸੋ ਖੁੱਲ ਕੇ, ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਰੱਬ ਕਟਹਿਰੇ ਵਿੱਚ ਬੱਜਿਆਂ ਨੂੰ ਸਿੰਘਾਸਨਾਂ ਤੇ ਬਿਠਾ ਸਕਦਾ ਹੈ ਤੇ ਸਿੰਘਾਸਨਾਂ ਤੇ ਬੈਠਣ ਵਾਲਿਆਂ ਨੂੰ ਕਟਹਿਰਿਆਂ 'ਚ ਖੜਾ ਸਕਦਾ, ਇਹ ਮੇਰਾ ਰੱਬ। ਰਾਜਾ ਸ਼ਰਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹੋ ਚੇਰੀ। ਹੱਸੋ ਜਾਏ ਸੋ ਰੋਵਤ ਆਵੇ, ਰੋਵਤ ਜਾਏ ਸੋ ਹੱਸੈ। ਕਹਿੰਦੇ ਜਿਹੜੇ ਹੱਸਦੇ ਸੀ ਉਹ ਰੋਂਦੇ ਆ, ਹੁਣ ਪਤਾ ਹੀ ਨਹੀਂ ਇੱਕ ਮਿੰਟ 'ਚ ਕੀ ਹੋ ਗਿਆ, ਰੋਂਦੇ ਆ, ਚੀਕ ਝਿਆੜਾ ਪੈ ਜਾਂਦਾ। ਕਹਿੰਦੇ ਜਿਹੜੇ ਰੋਂਦੇ ਸੀ ਉਹ ਹੱਸਦੇ ਆ, ਪਤਾ ਹੀ ਨਹੀਂ ਕਿਵੇਂ ਕਿਰਪਾ ਹੋ ਗਈ। ਫਿਰ ਜਿਹੜੇ ਵੱਸਦੇ ਸੀ ਸੁਖੀ ਸਾਂਦੀ ਉਹ ਉੱਜੜ ਗਏ, ਬਿੰਦ ਵਿੱਚ ਦੀ ਉੱਜੜ ਜਾਂਦੇ ਆ ਘਰਾਂ ਦੇ ਘਰ, ਹੜ੍ਹ ਆ ਜਾਂਦੇ ਆ, ਤੂਫਾਨ ਆ ਜਾਂਦੇ ਆ, ਭੁਚਾਲ ਆ ਜਾਂਦੇ ਆ, ਉਹ ਕਿੱਡੇ ਕਿੱਡੇ ਸ਼ਹਿਰ ਬਰਬਾਦ ਹੋ ਜਾਂਦੇ ਆ। ਵੱਸਦੇ ਹੋਏ ਉੱਜੜ ਜਾਂਦੇ ਆ ਤੇ ਉੱਜੜੇ ਹੋਏ ਵੱਸ ਜਾਂਦੇ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਇਹ ਆ ਮੇਰੇ ਰੱਬ ਦਾ ਨਿਆਂ। ਵੱਸ ਤੋਂ ਹੋਏ ਹੋਏ ਸੋ ਉੱਜੜ, ਉੱਜੜ ਹੋਏ ਸੋ ਵੱਸੈ। ਕਹਿੰਦੇ ਉੱਜੜੇ ਹੋਏ ਵਸਾ ਦਿੰਦਾ ਜਲ ਤੇ ਥਲ ਕਰ, ਥਲ ਤੇ ਕੂਆ, ਕੂਪ ਤੇ ਮੇਰ ਘਰਾਵੈ, ਧਰਤੀ ਤੇ ਆਕਾਸ਼ ਚੜਾਵੈ। ਬੋਲੋ, ਚੜ੍ਹੇ ਆਕਾਸ਼ ਗਿਰਾਵੈ। ਮੋਦੀ ਚੜ੍ਹਿਆ ਹੋਇਆ ਸੀ ਨਾ ਆਕਾਸ਼ ਤੇ, ਮੈਂ ਨਾ ਮਾਨੂੰ, ਅੱਜ ਮਾਫ਼ੀ ਮੰਗ ਗਿਆ, ਮਾਫ਼ੀ। ਆਖੋ ਸਤਨਾਮ ਸ੍ਰੀ ਵਾਹਿ, ਹਾਂ ਸ਼ਾਬਾਸ਼। ਅੱਜ ਦਾਸ ਦਾ ਵੀ ਦਿਲ ਕਰਦਾ, ਮੈਨੂੰ ਕਹਿੰਦੇ ਹੁੰਦੇ ਆ ਨਾ ਬਾਬਾ ਜੀ ਦੱਸਿਓ ਜੋਨੀ ਬਾਬਾ ਜੀ ਜਕਾਰੇ ਵਾਲੀ ਗੱਲ, ਤੇ ਮੈਂ ਕਹਿੰਦਾ ਅੱਜ ਜਕਾਰੇ ਵਾਲੀ ਗੱਲ ਬਣੀ। ਇੱਦਾਂ ਗੱਲ ਨਹੀਂ ਬਣਨੀ ਹੈ, ਇਕੱਲੇ ਇਕੱਲੇ ਨਹੀਂ ਲਾਉਣੇ, ਦਾਸ ਇੱਥੋਂ ਜਕਾਰੇ ਲਾਏਗਾ ਤੇ ਤੁਸੀਂ ਬਾਹਾਂ ਖੜੀਆਂ ਕਰਕੇ ਜਵਾਬ ਦੇਣਾ ਕਿੰਨਾ ਚਾਹ ਗੁਰਪੁਰਬ ਤੇ ਕਾਨੂੰਨ ਰੱਦ ਹੋਣ ਦਾ। ਬੋਲਿਓ ਇੱਕ ਵਾਰੀ, ਬੋਲੇ ਸੋ
ओ आईया संगतां नूं बाबा आनंद सिंह तारे, आईया संगतां नूं बाबा आनंद सिंह तारे, आईया आईया संगतां नूं बाबा आनंद सिंह तारे, आईया संगतां नूं वाहिगुरु ओ चिट्टियां पूनियां दंद लैन हुलारे, आईया संगतां नूं गुरु नानक तारे, चिट्टियां पूनियां दंद लैन आईया संगतां नूं गुरु नानक तारे, चिट्टियां पूनियां दंद आईया संगतां नूं हो चिट्टियां पूनियां आईया संगतां नूं धरती ते आकाश चढ़ावे चढ़े आकाश गरावे भिखारी ते राज करावे राजा ते भिखारी खल मूर्ख ते पंडित करबो पंडित ते मुगधारी नारी ते जो पुरख करावे पुरखण ते जो नारी कहो कबीर साधु को प्रीतम तिस मूरत बलिहारी लख लख वधाई होवे कहन सुन नूं बहुत कुछ है समझ विचार के चलना पैंदा है वाहे गुरु जी का खालसा वाहे गुरु जी की फतेह।